महारुति मह सदब संत जित हरया सब जीव जंत क्या आखा कर्म जंत तेरा किने न पाया अंत तिस बसंत जिस प्रभु कृपा तिस बसंत जिस गुरदया मंगल तिस कै जिस एक का तिस साधु बसंत जस हृदयना नानक नाम निरंजन जन्यो कीनी भगत प्रेम निवला ताते अंगद अंग संग भयो सायर जिन शब्द सुरत कीनी मिरखाय गुरे अमरदास की कथ कथा है एक जी कश कहीं न जा सोडी सृष्टि सकल तारण को अब गुरु रामदास को मिली बड़ा हमें अवगुण परे एक गुण नाही अमृत शाह बिखे बिख खाई माया मोह परम पै फूले सुत दारा स्यों पीत लगा एक उत्तम पंथ सुनयो गुर संगत तह मिलंत जम त्रास मिटाय एक अरदास पाठ कीरत की गुर रामदास राखो शरणा आनंद गुणीदा तन तन साहिब श्री गुरु रामदास साहिब जी सोडी सुलता तन 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 साहिब श्री गुरु ग्रंथ साहिब जीओ महाराज पहल बसंत आगमन 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 पहला मौलो सोए पहला मौलो सोए पहल बसंत आगमन पहल बसंत आगमन पहल पहला मौलो सोए पहला मौलो सोए पहल बसंत आगमन पहल बसंत आगमन पहल जित मौलिए सब मौलिए जित मौलिए
ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੈ ਹਰਿਆ ਹਰ ਕਾ ਨਾਮ ਕਹਿ ਕੇ ਉਹ ਮਿਲਿਆ ਭਾਈ ਕਮਲ ਖੰਡ ਪਾਈਏ ਫਿਰ ਸੁਹਾਈ ਬੰਦ ਰਪਣ ਬੋਲਿਆ ਕਾਮ ਕ੍ਰੋਧ ਅਰਿ ਲੋਭ ਮੋਹ ਬਿਨਸ ਜਾਏ ਅਹਮੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰੂਏ ਬੱਜੇ ਬੱਜੇ ਮਹਾਂਬਲੀ ਆਪਣੇ ਚਰਨ ਜਪਾਇਨ ਵਿੱਚ ਦਈਏ ਖੁੜਵਾ ਰੋਗ ਸੋਖ ਸਭ ਮਿਟ ਗਏ ਨਿਤਨ ਆਨਰਵਾ ਦਿਨ ਰਹਿ ਨਾਮ ਧਿਆਇਂਦਾ ਫਿਰ ਪਾਏ ਨਾਮ ਹੋਆ ਜਿਸ ਦੇ ਬਜਾ ਨਾਨਕਾ ਸੋਈ ਫਿਰ ਹੋਆ ਜਿਸ ਦੇ ਬਜਾ ਨਾਨਕਾ ਸੋਈ ਫਿਰ ਹੋਆ
سكي هر ميل كريها سكا بين نام مكان
चातक दीन सतगुर शरणाई हम चातक दीन सतगुर शरणाई हर हर नाम बूंदे मुख पाई हर हर नाम बूंदे मुख पाई हर जल मिटे हम जल के मीने हर जल मिटे हम जल के मीने जन नानक जल बिन भरिए जियो जन नानक जल बिन भरिए मेरे प्रीतम का मैं देश नेहा मेरे प्रीतम का मैं देश नेहा मेरा मित्र सखा सो प्रीतम पारी मैं दसे हरि नर हरिए मैं दस हरी नर हरिए जियो आओ सखी उबठा
पातशाह बैठा छोटी ही पातशाह रामदास सतगुरु कहावे रामदास सतगुरु कहावे बैठा रामदास सतगुरु कहावे बैठा सोटी पातशाह रामदास सतगुरु कहावे रामदास सतगुरु कहावे बैठा ਆਪਣਾ
ਬੰਦਿਤਾ ਕਿਸ ਹੱਥ ਨਾ ਆਵੇ ਫਿਰ ਆਈ ਕਾਲੀ ਅੜ ਜਣੇ ਪੁੱਤ ਸੰਸਾਰੀ ਗੁਰੂ ਕਹਾਵੇ ਫਿਰ ਆਈ ਕਾਲੀ ਅੜ ਜਣੇ ਪੁੱਤ ਸੰਸਾਰੀ ਗੁਰੂ ਕਹਾਵੇ ਪੁੱਤ ਸੰਸਾਰੀ ਗੁਰੂ ਕਹਾਵੇ ਬੈਠਾ ਸੋਢੀ ਪਾਤਸ਼ਾਹ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਰਾਮਦਾਸ ਸਤਿਗੁਰੂ ਕਹਾਵੇ ਬੈਠਾ ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਸੋਢੀ ਪਾਤਸ਼ਾਹ ਜਾਣਨ ਦੇਸਾ ਸੋਢੀਓ ਹੋਰਸ ਅਜਰ ਨਾ ਜਰਿਆ ਜਾਵੇ ਜਾਣਨ ਦੇਸਾ ਸੋਢੀਓ ਹੋਰਸ ਅਜਰ ਨਾ ਜਰਿਆ ਜਾਵੇ ਕਰਹੀ ਕੀ ਬਥ ਕਰੇ ਰਹਾਵੇ ਬੈਠਾ ਸੋਢੀ ਪਾਤਸ਼ਾਹ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਰਾਮਦਾਸ ਸਤਿਗੁਰੂ ਕਹਾਵੇ ਬੈਠਾ ਸੋਢੀ ਪਾਤਸ਼ਾਹ ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਸੋਢੀ ਪਾਤਸ਼ਾਹ ਸੋਢੀ ਪਾਤਸ਼ਾਹ ਸੋਢੀ ਪਾਤਸ਼ਾਹ ਆਪਾਂ ਸਾਰੇ ਆਪਣੀ ਸੁਰਤ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਜੋੜੀਏ ਸਾਰੇ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ ਉਚਾਰਨ ਕਰੀਏ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ ਸਾਰੇ ਕਿਰਪਾ ਕਰਿਓ ਰਲ ਕੇ ਸਾਰਿਆਂ ਨੇ ਇਹ ਸ਼ਬਦ ਗਾਇਨ ਕਰਨਾ ਹੈ ਜੀ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਹੋਈ ਕਰਾਮਾਤ
श्री चरण हारे हारिया आप श्री चरण हारे हारिया जिन सिरिया तिन सवारिया जिन सिरिया तिन सवारिया سَتَرَى
Yeah.
ਸਤਿਗੁਰ ਅਮਰਤ
ਨਾਨਕ ਚੁਣੀਆਂ ਸੁੱਚੀਆਂ ਜੇ ਭਰ ਜਾਣੇ ਕੋਏ। ਜਦੋਂ ਹੀ ਸ਼ਬਦ ਪੜ੍ਹੀ ਗਏ ਬਹੁਤ ਸਾਰੇ ਸੱਜਣ ਫਿਰ ਪੁੱਛਦੇ ਨੇ ਇਹਦੇ ਜੀ ਅਰਥ ਕੀ ਬਣਦੇ ਨੇ। ਜਦੋਂ ਆਪਾਂ ਪੜ੍ਹਦੇ ਹਾਂ ਨਾ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਅਰਥ ਆਪੇ ਹੀ ਹੋ ਜਾਂਦੇ ਨੇ। ਜੇ ਕੋਈ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਤਗਾਵੇ, ਅਰਥ ਕਰਨ ਦੀ ਕੋਈ ਲੋੜ ਨਹੀਂ। ਜੇ ਕੋਈ ਆਪਣੀ ਸੋਭਾ ਲੋਰੈ ਸਾਰ ਸੰਗ ਹੋਮੈ ਸ਼ੋਰ ਹੈ, ਠੇਠ ਪੰਜਾਬੀ ਹੈ ਸਮਝ ਆ ਰਹੀ ਹੈ। ਜੇ ਕੋ ਜਨਮ ਮਰਨ ਤੇ ਡਰੈ ਉਹ ਕੀ ਕਰੇ ਸਾਧ ਜਨਾ ਕੀ ਸਰਣੀ ਪਰੈ। ਪਰ ਜਦੋਂ ਕਿਧਰੇ ਇਹੋ ਜਿਹਾ ਸ਼ਬਦ ਕੋਈ ਪੜ੍ਹੀ ਦਾ ਨਾ ਨਾਨਕ ਚੁੜੀਆਂ ਸੁੱਚੀਆਂ ਜੇ ਭਰ ਜਾਣਾ ਕੋਏ, ਫਿਰ ਬਹੁਤ ਸ਼ੰਕਾਵਾਦੀ ਸਵਾਲ ਕਰਦੇ ਨੇ ਜੀ ਇਹਦਾ ਕੀ ਮਤਲਬ ਹੈ। ਗੁਰੂ ਕੀ ਸੰਗਤ ਜੀ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ, ਦਾਸ ਦਾ ਜੋ ਸੱਚੇ ਪਾਤਸ਼ਾਹ ਨੇ ਸੇਵਾ ਲਾਈ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਕੀਰਤਨ ਦੀ ਸੇਵਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਨਿਰੋਲ ਕੀਰਤਨ ਹੁੰਦਾ ਹੈ। ਨਿਰੋਲ ਕੀਰਤਨ, ਨਿਰੋਲ ਗੁਰਬਾਣੀ ਦਾ ਸ਼ਬਦ ਪੜ੍ਹਨਾ, ਕੀਰਤਨ ਕਰਨਾ, ਸ਼ਬਦ ਦੀ ਵਿਚਾਰ ਦੀ ਡਿਊਟੀ ਉੱਥੇ ਸਾਡੀ ਨਹੀਂ ਹੁੰਦੀ। ਸ਼ਬਦ ਦੀ ਵਿਚਾਰ ਕਰਨੀ ਕਥਾ ਵਾਚਕਾਂ ਦਾ ਕੰਮ ਹੈ, ਪਰ ਜੋ ਸੱਚੇ ਪਾਤਸ਼ਾਹ ਨੇ ਸਮਾਧ ਦਿੱਤੀ ਹੈ ਦੋ ਚਾਰ ਮਿੰਟ ਚ ਤੁਹਾਡੇ ਸਾਹਮਣੇ ਰੱਖਾਂ, ਇੱਕੋ ਹੀ ਗੱਲ ਸਮਝ ਵਿੱਚ ਆ ਜਾਵੇਗੀ, ਸਾਰੇ ਸ਼ਬਦ ਦੇ ਅਰਥ ਆਪੇ ਸਮਝ ਵਿੱਚ ਆ ਜਾਣਗੇ। ਨਾਨਕ ਚੁੜੀਆਂ ਸੁੱਚੀਆਂ, ਚੁੜੀ ਦਾ ਅਰਥ ਕੀ ਹੈ? ਆ ਹੱਥ ਵਿੱਚ ਜਲਦੀ ਚੁੜੀ ਭਰੀਦੀ ਹੈ ਨਾ। ਆਪਾਂ ਆਮ ਟੈਲੀਵਿਜ਼ਨ ਤੇ ਦੇਖਦੇ ਰਹੇ ਹਾਂ, ਪਹਿਲਾਂ ਸੀਰੀਅਲ ਚੱਲਦੇ ਰਹੇ ਨੇ ਮਹਾਭਾਰਤ ਰਮਾਇਣ ਵਗੈਰਾ ਟੈਲੀਵਿਜ਼ਨ ਤੇ ਸਾਰੇ ਦੇਖਦੇ ਰਹੇ ਹੋ। ਚੁੜੀ ਦਾ ਅਰਥ ਹੈ ਪ੍ਰਤਿਗਿਆ, ਭੀਸ਼ਮ ਪਿਤਾਮਾ ਜਲਦੀ ਚੁਲੀ ਭਰਦੇ ਨੇ ਤੇ ਜਲਦੀ ਚੁਲੀ ਭਰ ਕੇ ਪ੍ਰਤਿਗਿਆ ਕਰਦੇ ਨੇ, ਮੈਂ ਜਲ ਨੂੰ ਸਾਕਸ਼ੀ ਜਾਣ ਕੇ, ਮੈਂ ਤੱਤਾਂ ਨੂੰ ਸਾਕਸ਼ੀ ਜਾਣ ਕੇ, ਮੈਂ ਪੌਣ ਪਾਣੀ ਨੂੰ ਸਾਕਸ਼ੀ ਜਾਣ ਕੇ ਪ੍ਰਤਿਗਿਆ ਕਰਦਾ। ਜਦੋਂ ਕੋਈ ਮੁੱਖ ਮੰਤਰੀ ਬਣਦਾ, ਕੋਈ MLA ਬਣਦਾ, ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ, ਕੋਈ ਰਾਸ਼ਟਰਪਤੀ ਬਣਦਾ, ਉਹਨੂੰ ਇੱਕ ਸਮਾਗਮ ਕਰਵਾਇਆ ਜਾਂਦਾ, ਉਹਦਾ ਨਾਂ ਰੱਖਿਆ ਜਾਂਦਾ ਸਹੁੰ ਚੁੱਕ ਸਮਾਗਮ। ਉਹ ਕੀ ਹੈ? ਉਹਨੇ ਇੱਕ ਪ੍ਰਤਿਗਿਆ ਕਰਨੀ ਹੈ।
ਇੱਕ ਪਰਣ ਕਰਨਾ ਹੈ ਇੱਕ ਸੌ ਚੁੱਕਣੀ ਹੈ ਸੌ ਚੁੱਕ ਸਮਾਗਮ ਇੱਕ ਪ੍ਰਤਿਗਿਆ ਲੈਣੀ ਹੈ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹਨਾਂ ਛੀਆਂ ਲੈਣਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ ਨਾਨਕ ਚੁੜੀਆਂ ਸੁੱਚੀਆਂ ਪ੍ਰਤਿਗਿਆ ਜੇ ਭਰ ਜਾਣਾ ਕੋਈ ਕੌਣ ਕੌਣ ਸੁਰਤੇ ਚੁੜੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁੜੀ ਸੰਤੋਖ ਕੀ ਜੋਗੀ ਜਤੀ ਹੋਵੇ ਬ੍ਰਾਹਮਣ ਸੰਤੋਖੀ ਹੋਵੇ ਰਾਜਾ ਨਿਆਂਕਾਰੀ ਹੋਵੇ ਰਾਜੇ ਚੁੜੀ ਨਿਆਮ ਕੀ ਸੁਰਤੇ ਚੁੜੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁੜੀ ਸੰਤੋਖ ਕੀ ਗ੍ਰਹੀ ਕਾ ਸਤਦਾਨ ਰਾਜੇ ਚੁੜੀ ਨਿਆਮ ਕੀ ਕਈ ਵਾਰ ਅਸੀਂ ਇੱਕ ਹੋਰ ਵੀ ਗੱਲ ਕਰਦੇ ਹਾਂ ਅਸੀਂ ਕਹਿ ਦਿੰਦੇ ਜੀ ਅਰਥ ਨਹੀਂ ਆਉਂਦੇ ਤੇ ਫਿਰ ਬਾਣੀ ਪੜ੍ਹਨ ਦੀ ਕੀ ਲੋੜ ਹੈ ਅਰਥ ਨਹੀਂ ਆਉਂਦੇ ਤੇ ਫਿਰ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਗੁਰੂ ਕੀ ਸੰਗਤ ਜੀ ਭਾਵੇਂ ਅਰਥ ਆਉਂਦੇ ਨੇ ਭਾਵੇਂ ਅਰਥ ਨਹੀਂ ਆਉਂਦੇ ਅਰਥ ਆਉਂਦੇ ਨੇ ਬਾਣੀ ਤਾਂ ਵੀ ਪੜ੍ਹੋ ਅਰਥ ਨਹੀਂ ਆਉਂਦੇ ਬਾਣੀ ਤਾਂ ਵੀ ਪੜ੍ਹੋ ਬਾਣੀ ਪੜ੍ਹਨ ਦਾ ਲਾਭ ਹੀ ਲਾਭ ਹੈ ਆਇਓ ਸੁਣਨ ਪੜ੍ਹਨ ਕਹੋ ਬਾਣੀ ਇੱਥੇ ਮੈਂ ਇੱਕ ਛੋਟੀ ਜਿਹੀ ਦਲੀਲ ਦਿੰਦਾ ਹੁੰਦਾ ਤੁਹਾਡੀ ਸਮਝ ਵਿੱਚ ਸ਼ਾਇਦ ਆ ਜਾਵੇ ਗੱਲ ਜਦੋਂ ਸਪੇਰਾ ਬੀਨ ਵਜਾਉਂਦਾ ਹੈ ਨਾ ਬੀਨ ਉਹ ਜਿਹੜਾ ਕਾਲਾ ਨਾਗ ਜ਼ਹਿਰ ਦਾ ਭਰਿਆ ਸੱਪ ਉਹ ਮਸਤ ਹੋ ਜਾਂਦਾ ਹੈ ਹੁਣ ਤੁਸੀਂ ਦੱਸੋ ਸਾਰੇ ਪੜ੍ਹੇ ਲਿਖੇ ਸੂਝਵਾਨ ਸੱਜਣ ਬੈਠੇ ਹੋ ਸੱਪ ਨੇ ਕੋਈ ਸੰਗੀਤ ਸਿੱਖਿਆ ਹੈ ਸੱਪ ਨੂੰ ਕੋਈ ਨਹੀਂ ਪਤਾ ਸਾਰੇ ਗਾਮਾ ਪਾਦਾ ਨਾਸਾ ਕੀ ਹੈ ਸੰਗੀਤ ਕੀ ਹੈ ਸੰਗੀਤ ਦੀਆਂ ਸੁਰਾਂ ਕੀ ਨੇ ਸੱਪ ਨੂੰ ਕੋਈ ਗਿਆਨ ਨਹੀਂ ਪਰ ਜਦੋਂ ਬੀਨ ਵੱਜਦੀ ਹੈ ਸੱਪ ਮਸਤ ਹੋ ਜਾਂਦਾ ਹੈ ਧੁਨ ਤੇ ਮਸਤ ਹੁੰਦਾ ਹੈ ਨਾਦ ਤੇ ਮਸਤ ਹੁੰਦਾ ਹੈ ਇਹ ਗੁਰੂ ਕੇ ਸਿੱਖ ਕਾਹਦੇ ਵਾਸਤੇ ਬੈਠੇ ਨੇ ਗੁਰ ਸਿੱਖ ਆਸ਼ਕ ਸ਼ਬਦ ਦੇ ਇਹ ਗੁਰੂ ਦੇ ਸਿੱਖ ਸ਼ਬਦ ਦੇ ਆਸ਼ਕ ਨੇ ਸ਼ਬਦ ਤੇ ਮਸਤ ਹੋ ਜਾਂਦੇ ਨੇ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਹਿਣਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਨੇ ਜੇ ਭਰ ਜਾਣੇ ਕੋਈ ਜੇ ਕੋਈ ਆਪਣੀ ਪਰਣ ਦੇ ਵਿੱਚ ਪੂਰਾ ਰਵੇ ਤੇ ਪ੍ਰਤਿਗਿਆ ਵਿੱਚ ਪੂਰਾ ਰਵੇ ਆਹ ਜਿਹੜਾ ਅਸੀਂ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੁੰਦੇ ਹਾਂ ਪੇਸ਼ ਹੋ ਕੇ ਅੰਮ੍ਰਿਤ ਪਾਨ ਕਰਦੇ ਹਾਂ ਇਹ ਵੀ ਇੱਕ ਪ੍ਰਤਿਗਿਆ ਜੇ ਕੋਈ ਚਾਰ ਬੱਜਰ ਕਰਾਤਾਂ ਤੋਂ ਬਚ ਕੇ ਰਵੇ ਪਰਣ ਪੂਰਾ ਕਰੇ ਕੋਈ ਗੁਰੂ ਦੇ ਬਚਨ ਵਿੱਚ ਪੂਰਾ ਰਵੇ ਮਹਾਰਾਜ ਕਹਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਜਿਹੜਾ ਆਪਣੀ ਪ੍ਰਤਿਗਿਆ ਵਿੱਚ ਪੂਰਾ ਰਹਿੰਦਾ ਮੈਂ ਉਹਦਾ ਦਾਸ ਹਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਮਝਾਉਣ ਦਾ ਮੇਰੇ ਪਾਤਸ਼ਾਹ ਦਾ ਬੜਾ ਨਿਰਾਲਾ ਤਰੀਕਾ ਸੀ ਤੁਰੇ ਜਾ ਰਹੇ ਨੇ ਨਾ ਜੰਗਲਾਂ ਦੇ ਵਿੱਚ ਬੀਆਬਾਨ ਜੰਗਲਾਂ ਦੇ ਵਿੱਚ ਕੋਈ ਜ਼ਿਮੀਦਾਰ ਖੇਤਾਂ ਵਿੱਚ ਹਲ ਵਾਹ ਰਿਹਾ ਹੈ ਖੇਤੀਬਾੜੀ ਕਰ ਰਿਹਾ ਹੈ ਝੋਨਾ ਬੀਜ ਰਿਹਾ ਕਣਕ ਬੀਜ ਰਿਹਾ ਹੈ ਉਹਨੂੰ ਨਹੀਂ ਕਹਿੰਦੇ ਇੱਧਰ ਆ ਇੱਕ ਪਾਸੇ ਆ ਚੌਂਕੜੀ ਮਾਰ ਸਮਾਧੀ ਲਾ ਤੈਨੂੰ ਯੋਗ ਸਿਖਾਵਾਂ ਤੈਨੂੰ ਸਮਾਧੀਆਂ ਸਿਖਾਵਾਂ ਨਹੀਂ ਕਹਿੰਦੇ ਕਹਿੰਦੇ ਤੂੰ ਹਲ ਵਾਹ ਤੂੰ ਖੇਤੀ ਕਰ ਤੂੰ ਸੁਹਾਗਾ ਫੇਰ ਤੂੰ ਗੋਡੀ ਕਰ ਬੀਜ ਪਾ ਸਾਰੇ ਕੰਮ ਕਰ ਪਰ ਨਾਲ ਨਾਲ ਮਿੱਤਰਾ ਇੱਕ ਕੰਮ ਹੋਰ ਵੀ ਕਰਿਆ ਕਰ ਸਰੀਰ ਵੀ ਇੱਕ ਧਰਤੀ ਹੈ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਇਹਦੇ ਵਿੱਚ ਨਾਲ ਨਾਲ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਕਰ ਇਸ ਤਰ੍ਹਾਂ ਕਰਕੇ ਦੇਖ ਤੇਰੇ ਜਨਮਾਂ ਜਨਮਾਤਰਾਂ ਦੇ ਦੁੱਖ ਦਰਦ ਨੱਸ ਜਾਣਗੇ ਸੱਚੇ ਪਾਤਸ਼ਾਹ ਨੇ ਸਾਨੂੰ ਬੜਾ ਸਿੱਧਾ ਸਿੱਧਾ ਜਿਹਾ ਰਸਤਾ ਦੱਸਿਆ ਹੈ ਬਚਨ ਚੱਲ ਪਿਆ ਹੈ ਤਿੰਨਾਂ ਗੱਲਾਂ ਦੇ ਵਿੱਚ ਸਾਰੀ ਸਿੱਖੀ ਨੂੰ ਬੰਦ ਕਰਕੇ ਰੱਖ ਦਿੱਤਾ ਹੈ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਜਵਾਨੀ ਦੀ ਉਮਰ ਦੇ ਵਿੱਚ 14.5 ਸਾਲ ਸੁਲਤਾਨਪੁਰ ਲੋਧੀ ਨੌਕਰੀ ਕੀਤੀ ਤੇ ਬੁਢੇਪੇ ਦੀ ਉਮਰ ਦੇ ਵਿੱਚ 18.5 ਸਾਲ ਹੜ ਵਾਇਆ
ਉਹ ਕਰਤਾਰਪੁਰ ਨਾਰੂਵਾਲ ਵਾਲਾ ਕਰਤਾਰਪੁਰ ਫਿਰ ਬਾਬਾ ਆਇਆ ਕਰਤਾਰਪੁਰ ਪੇਖਿਓ ਦਾਸੀ ਸਗਲੇ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਵਰਤਾਰਾ ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾ ਪਿਓ ਚਾਰੇ ਮਰਜ਼ਾਦਾ ਸਾਰੀ ਉੱਥੇ ਬੰਨੀ ਕਿਰਤ ਕਰਨੀ ਸਿਖਾਈ ਹੈ ਕਿਰਤੀ ਨੂੰ ਮਾਣ ਦਿੱਤਾ ਹੈ ਆਖਿਆ ਕਿਰਤ ਕਰ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਇਹਦੇ ਨਾਲ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਕਰ ਪਾਗਠ ਦੇਖ ਜੇ ਭਰ ਜਾਣੇ ਕੋਈ ਨਾਨਕ ਚੁੜੀਆਂ ਸੁੱਚੀਆਂ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਗਰੀਬ ਨੂੰ ਆਜ ਕੀ ਉਪਦੇਸ਼ ਦੇਣਾ ਚਾਹੁੰਦੇ ਨੇ ਇਹਨਾਂ ਛੀਆਂ ਭਗਤੀਆਂ ਦੇ ਵਿੱਚ ਸਰਵਣ ਕਰੋ ਮੇਰੇ ਵੀਰਾਂ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਪ੍ਰਬੰਧਕ ਕਮੇਟੀ ਵਾਲਿਆਂ ਨੇ ਕਮੈਂਟਰੀ ਵਾਲਿਆਂ ਨੇ ਬੜਾ ਸੋਹਣਾ ਉਦੋਂ ਉਪਰਾਲਾ ਕੀਤਾ ਹੈ ਸੰਗਤ ਨੂੰ ਜੋੜਨ ਦਾ ਇੱਕ ਅਰੇਂਜਮੈਂਟ ਕੀਤਾ ਹੈ ਬੜੇ ਸੋਹਣੇ ਸਮਾਗਮ ਰੱਖੇ ਨੇ 15 ਤੋਂ ਲੈ ਕੇ 17 ਤਰੀਕ ਤੱਕ ਗੁਰਦੁਆਰਾ ਕਮੈਂਟਰੀ ਵਿਖੇ ਮੇਨ ਸਮਾਗਮ ਹੋ ਰਿਹਾ ਹੈ ਥੋੜ੍ਹੀ ਜਿਹੀ ਟਿਕਟਾਂ ਦੀ ਪ੍ਰੋਬਲਮ ਕਰਕੇ ਹੋਰ ਵੀ ਜਥੇ ਸਾਰੇ ਪੁੱਜ ਰਹੇ ਨੇ ਸਤਿਗੁਰੂ ਮਿਹਰ ਕਰਨ ਆਪ ਸੰਗਤਾਂ ਨੇ ਹੁੰਮ ਹੁਮਾ ਕੇ ਉਹਨਾਂ ਮੇਨ ਸਮਾਗਮਾਂ ਦੇ ਵਿੱਚ ਸ਼ਿਰਕਤ ਸਾਰਿਆਂ ਨੇ ਕਰਨੀ ਹੈ ਹਾਜ਼ਰ ਹੋਣਾ ਹੈ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਉਣਾ ਹੈ ਆਪ ਗੁਰੂ ਦਰਬਾਰ ਦੀਆਂ ਰੌਣਕਾਂ ਨੂੰ ਵਧਾਓ ਅਤੇ ਗੁਰੂ ਸੱਚੇ ਪਾਤਸ਼ਾਹ ਤੁਹਾਡੇ ਘਰਾਂ ਦੀਆਂ ਰੌਣਕਾਂ ਨੂੰ ਵਧਾਉਣਗੇ ਮਿਹਰਾਂ ਕਰਨਗੇ ਕਿਰਪਾ ਕਰਨਗੇ ਆਓ 2-4 ਮਿੰਟ ਵਿੱਚ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ ਇਹ ਸ਼ਬਦ ਸਰਵਣ ਕਰੋ ਜੀ ਫਿਰ ਆਪਾਂ ਕੀਰਤਨ ਦੀ ਸਮਾਪਤੀ ਕਰੀਏ ਨਾਨਕ ਚੁੜੀਆਂ ਸੁੱਚੀਆਂ ਜੇ ਭਰ ਜਾਣੇ ਕੋਏ ਸੁਰ ਤੇ ਚੁਣੀ ਗਿਆਨ ਕੀ ਸੁੱਚੀਆਂ ਨਾਨਕ
ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦਾ ਜਵਾਬ ਗੱਜ ਵੱਜ ਕੇ ਦੇਣਾ ਕਿਉਂਕਿ ਕਲਯੁਗ ਮੈਂ ਕੀਰਤਨ ਪਰਦਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੇ ਸਵੇਲੇ ਕੁਲ ਤਾਰੇ ਹਰ ਦਰਗਿਆ ਪਤ ਸਿਉਂ ਜਾਏ ਦੇ ਮਹਾਂਵਾਕ ਅਨੁਸਾਰ ਸਤਿਗੁਰਾਂ ਦੇ ਦਰਬਾਰ ਵਿੱਚ ਜੁੜ ਬੈਠੇ ਹਾਂ ਆਓ ਖੁਸ਼ੀ ਦਾ ਸਮਾਂ ਹੈ ਖੁਸ਼ੀ ਦੇ ਵਿੱਚ ਹੀ ਵਾਹਿਗੁਰੂ ਜੀ ਦੀ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਨ੍ਹਾਂ ਨੇ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਿਆ ਹੈ ਦਾਸ ਆਪਣੇ ਵੱਲੋਂ ਅਤੇ ਪ੍ਰਬੰਧ ਵੱਲੋਂ ਭਾਈ ਸਾਹਿਬ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਸਤਿਗੁਰੂ ਜੀ ਕਿਰਪਾ ਕਰਨ ਧੰਨ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਜੀ ਨੂੰ ਹੋਰ ਵੀ ਕਿਰਪਾ ਕਰਕੇ ਕੀਰਤਨ ਦਾ ਬਲ ਬਖਸ਼ ਕੇ ਪੰਥ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਸ਼ ਕਰਨ ਅਤੇ ਜੋ ਇੱਕ ਜ਼ਰੂਰੀ ਸੂਚਨਾ ਹੈ ਸੰਗਤਾਂ ਨਾਲ ਦਾਸ ਨੇ ਸਾਂਝੀ ਕਰਨੀ ਹੈ ਕਿ ਕੁਛ ਜਥਿਆਂ ਨੇ ਹੋਰ ਵੀ ਆਉਣਾ ਸੀਗਾ ਸਾਰੇ ਜਥੇ ਆ ਰਹੇ ਸੀ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਹੋਰ ਵੀ ਜਥੇ ਉਹਨਾਂ ਨੂੰ ਕੁਛ ਟਿਕਟਾਂ ਦੀ ਪ੍ਰੋਬਲਮ ਆਉਣ ਦੇ ਕਰਕੇ ਪਹੁੰਚ ਨਹੀਂ ਸਕੇ ਸਿਰਫ ਹੁਣ ਆਪਣੇ ਕੋਲ ਹੁਣ ਭਾਈ ਗੁਰਨਮਿਤ ਸਿੰਘ ਜੀ ਰਾਜ ਰੰਗੀਲਾ ਉਹ ਆਪਣੇ ਕੋਲ ਪਹੁੰਚੇ ਹੋਏ ਹਨ ਉਹ ਹੁਣ 2:15 ਤੱਕ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨਗੇ ਅਤੇ ਇਸੇ ਹੀ ਗੱਲ ਨੂੰ ਮੁੱਖ ਰੱਖਦੇ ਹਾਂ ਅਸੀਂ ਭਾਈ ਨਵਦੀਪ ਸਿੰਘ ਜੀ ਅਮਨ ਜਿਹੜੇ ਸਾਰੇ ਜਥਿਆਂ ਦਾ ਅਰੇਂਜ ਕਰ ਰਹੇ ਹਨ ਦਾਸ ਨੇ ਉਹਨਾਂ ਨਾਲ ਵਿਚਾਰ ਕੀਤੀ ਵੀ ਅਸੀਂ ਸੰਗਤਾਂ ਨੂੰ ਬਹੁਤ ਜ਼ਰੂਰ ਜ਼ੋਰ ਨਾਲ ਕਿਹਾ ਸੀ ਵੀ ਜ਼ਰੂਰੀ ਆਉਣਾ ਹੈ ਕਿਉਂਕਿ ਸਾਰੇ ਜਥੇ ਪਹੁੰਚ ਰਹੇ ਹਨ ਉਹਨਾਂ ਨੇ ਹੋਰ ਕਿਸੇ ਦਾ ਇੱਕ ਪ੍ਰੋਗਰਾਮ ਕੱਟ ਕੇ ਆਪਾਂ ਨੂੰ ਇੱਕ ਪ੍ਰੋਗਰਾਮ ਦਿੱਤਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 19 ਤਰੀਕ ਦਿਨ ਮੰਗਲਵਾਰ ਨੂੰ ਸ਼ਾਮ ਨੂੰ 6:30 ਤੋਂ ਲੈ ਕੇ